ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਗੱਲ ਫੇਰ ਕਬੱਡੀ ਤੇ ਕਰਨ ਲੱਗੇ ਆਂ ਕਹਿੰਦੇ ਜਿਹਨੂੰ ਇਸ਼ਕ ਕਬੱਡੀ ਦਾ ਲੱਗ ਜਾਂਦਾ ਹੈ ਉਹ ਹੱਸ ਹੱਸ ਕੇ ਕਬੱਡੀ ਤੋਂ ਜਿੰਦ ਜਾਨ ਵਾਰਦੇ ਨੇ ਖੇਡ ਗਰਾਊਂਡਾਂ ਦੇ ਵਿੱਚ ਆ ਕੇ ਖਿਡਾਰੀ ਜਿੱਤਦੇ ਨੇ ਤੇ ਕਦੇ ਹਾਰਦੇ ਨੇ ਗੁੱਸੇ ਨਾਲ ਨਾ ਗਰਾਊਂਡ ਦੇ ਵਿੱਚ ਵੜਦੇ ਭੁੱਖੇ ਰਹਿਣ ਸਦਾ ਇਹ ਪਿਆਰਦੇ ਨੇ ਜਸਤ ਲਵੰਡੀ ਕਹੇ ਮੈਂ ਸੱਚ ਆਖਾਂ ਕਬੱਡੀ ਖੇਡਣ ਲਈ ਕਦੇ ਦੇਸ਼ ਵਿੱਚ ਕਦੇ ਵਿਦੇਸ਼ ਵਿੱਚ ਉਡਾਰੀਆਂ ਮਾਰਦੇ ਨੇ ਕਦੇ ਦੇਸ਼ ਵਿੱਚ ਕਦੇ ਵਿਦੇਸ਼ ਵਿੱਚ ਅਡਾਰੀਆਂ ਮਾਰਦੇ ਨੇ ਕਦੇ ਪੰਜਾਬ ਵਿੱਚ ਕਦੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਦੇ ਵਿੱਚ ਖੇਡਣ ਲਈ ਜਾਂਦੇ ਆ ਖਿਡਾਰੀ ਤੇ ਆ ਮੈਂ ਗੱਲ ਕਰਨ ਲੱਗਾ ਰਾਤ ਦੇ ਫਰਵਾਹੀ ਦੇ ਕੱਪ ਦੀ ਬੜਾ ਵਧੀਆ ਕੱਪ ਹੋਇਆ ਤੇ ਫਾਈਨਲ ਮੈਚ ਦੇ ਵਿੱਚ ਕਿੱਤਿਆਂ ਨਿਕਰ ਵਾਲੇ ਆ ਉਸ ਵਿੱਚ ਪੜ ਗਏ ਰਾਤ ਮੈਚ ਬੜਾ ਵਧੀਆ ਲੱਗਿਆ ਇੱਕ ਪਾਸੇ ਸ਼ੱਕਰਪੁਰੇ ਦੀ ਟੀਮ ਸੀ ਇੱਕ ਪਾਸੇ ਕਲਸੀਆਂ ਦੀ ਸੀ ਤਿੰਨ ਖਿਡਾਰੀਆਂ ਨੇ ਫਰਵਾਹੀ ਦੇ ਕੱਪ ਤੇ ਵਾਪਸੀ ਕੀਤੀ ਆ ਬਾਹਰੋਂ ਆ ਕੇ ਇੰਜਰੀ ਤੋਂ ਬਾਅਦ ਇੰਦਰਜੀਤ ਕਲਸੀਆਂ ਖੇਡਿਆ ਦੁੱਗਾ ਵਾਲਾ ਖੁਸ਼ੀ ਖੇਡਿਆ ਤੇ 60 ਤੋਂ ਬਾਅਦ ਅਰਸ਼ ਬਰਸਾਲਪੁਰੇ ਵਾਲਾ ਖੇਡਿਆ ਤਿੰਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਫਾਈਨਲ ਮੈਚ ਬੜਾ ਚੋਟੀ ਦਾ ਲੱਗਿਆ ਜਿਹਦੇ ਸ਼ਕਰਪੁਰੇ ਦੇ ਵਿੱਚ ਜਾਫੀ ਸੀਗਾ ਸਰਨਾ ਡੱਗੋ ਵਾਲਾ ਤੇ ਬੰਦ ਰੂੜ ਵਾਲਾ ਸੋਨਾ ਤੇ ਰੀਡਰ ਸੀਗੇ ਸਾਜੀ ਤੇ ਖਰਾਟੀ ਰੈਂਕੂ ਹਰਿਆਣੇ ਵਾਲਾ ਸੀਗਾ ਇਧਰ ਗੁਰਵਿੰਦਰ ਖੁੰਨੜ ਸੀਗਾ ਤੇ ਰਵੀ ਕਲਸੀ ਵਾਲਾ ਦੋ ਹੀ ਲੀਡਰ ਸੀਗੇ ਉਧਰ ਤਿੰਨ ਜਾਫੀ ਸੀ ਪੂਰੇ ਚੋਟੀ ਦੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਆਪਣੇ ਛੱਟ ਤੋਂ ਬਾਹਰ ਤੇ ਇੰਡੀਆ ਆ ਕੇ ਖੁਸ਼ੀ ਦੁੱਗਾਂ ਵਾਲੇ ਤੇ ਕਲਸੀ ਵਾਲੇ ਨੇ ਬੜਾ ਮੈਚ ਸੋਹਣਾ ਹੋਇਆ ਪਰ ਇੱਕ ਥੋੜੀ ਜੀ ਉੱਥੇ ਕਮੀ ਕੀ ਰਹਿ ਗਈ ਬਈ ਨੇਰਾ ਹੋ ਗਿਆ ਬੰਦੀ ਰਾਣਾ ਖਿਡਾਰੀਓ ਕਰਿਆ ਕਰੋ ਕਿਉਂਕਿ ਰਾਤ ਹੁਣ ਦੇਖੋ ਧੁੰਦ ਪੈ ਗਈ ਲਾਈਵ ਵਾਲਿਆਂ ਨੂੰ ਤਾਂ ਕੋਈ ਦੇਖਿਆ ਹੀ ਨਹੀਂ ਉੱਥੇ ਠੀਕ ਹਨ ਮੈਂ ਇਹੀ ਕਹਿੰਦਾ ਨਾ ਮਨੇਰਾ ਇਹਨੂੰ ਦੂਰ ਕਰੋ ਤੁਸੀਂ ਟਾਈਮ ਜੇ ਨਾਲ ਆਇਆ ਕਰੋ ਜੇ ਦਰਸ਼ਕ ਹੀ ਨਹੀਂ ਹੈਗੇ ਫਿਰ ਆਪਾਂ ਦਿਖਾਉਣਾ ਮੈਚ ਕਿਨੂੰ ਆ ਠੀਕ ਹਨ ਦਸ ਘਟ ਜਾਂਦੇ ਆ ਫਿਰ ਦੂਰੋਂ ਨੇੜੇ ਜਾਣਾ ਹੁੰਦਾ ਧੁੰਦ ਪੈ ਗਈ ਕਿਵੇਂ ਹਨਾ ਮਤਲਬ ਅਗਲਾ ਘਰਾਂ ਤੂੰ ਪਹੁੰਚਿਆ ਹੋਊਗਾ ਤੇ ਸੇ ਮੇਰੀ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਬਈ ਤੁਹਾਨੂੰ ਵੀ ਟਾਈਮ ਨਾਲ ਆਇਆ ਕਰੋ ਬੜਾ ਵਧੀਆ ਮੈਚ ਲੱਗਿਆ ਬੜੀ ਵਧੀਆ ਵਾਪਸੀ ਕੀਤੀ ਆ ਛੱਟ ਤੋਂ ਬਾਅਦ ਕਿਉਂਕਿ ਛੱਟ ਤੋਂ ਬਾਅਦ ਆਪਣਾ ਮੁੰਡਾ ਜਿਹਨੂੰ ਇਸ਼ਕ ਕਬੱਡੀ ਦਾ ਲੱਗਦਾ ਫਿਰ ਉਹ ਉਹ ਤੁਹਾਨੂੰ ਪਤਾ ਕਬੱਡੀ ਤੇ ਬਾਰੇ ਨਹੀਂ ਆ ਰਹੀ ਜਾਂਦਾ ਵਾ ਤੂਫਾਨ ਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਢੋਲੀ ਵਾਲੇ ਨੂੰ ਉਹ ਮੁੰਡਾ ਮੈਦਾਨਾਂ ਦੇ ਵਿੱਚ ਆਇਆ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਦਵਾਰੇ ਉਦਾਂ ਦਾ ਹੀ ਜਿਵੇਂ ਥਾਪੀਆਂ ਮਾਰਦਾ ਸੀ ਉਦਾਂ ਦਾ ਹੀ ਉਹਨੂੰ ਪਰਮਾਤਮਾ ਕਰ ਦਵੇ ਤੇ ਖਿਡਾਰੀ ਉਹ ਸੱਟਾਂ ਫਿੱਟਾਂ ਤੋਂ ਮਤਲਬ ਪਰਮਾਤਮਾ ਤੁਹਾਨੂੰ ਬਚਾਈ ਰੱਖੇ ਹਨੇਰਾ ਨਾ ਕਰਿਆ ਕਰੋ ਟਾਈਮ ਨਾਲ ਆਜਿਆ ਕਰੋਗੇ ਜੇ 8:00 ਵਜੇ ਨੂੰ ਮੈਚ ਨਿਪਟੜ ਜਾਣ ਵਧੀਆ ਸੀ ਰਾਤ ਹੁਣ 10:00 ਵੱਜ ਗਏ ਹਨੇਰਾ ਹੋਗਾ ਤੁੰਦ ਪੈ ਗਈ ਲਾਈਫ ਦਾ ਕੁਝ ਦੇਖਿਆ ਹੀ ਨਹੀਂ ਜੋ ਮੈਂ ਜਿਹੜੇ ਰਾਤ ਫਰਵਾਹੀ ਦੇ ਕੱਪ ਤੇ ਨਿਕਲੇ ਆ ਬੈਸਟ ਖਿਡਾਰੀ ਗੁਰਵਿੰਦਰ ਅਗਰਵ ਮੋਟਰਸਾਈਕਲ ਲੈ ਗਿਆ ਤੇ ਅਰਸ਼ ਨੇ ਪ੍ਰਸਾਲਪੂਰੀਆਂ ਨੇ ਵਾਪਸੀ ਕੀਤੀਆਂ ਬੜੇ ਵਧੀਆ ਜੱਫੇ ਲਾ ਤਿੰਨ ਜੱਫੇ ਲਾ ਕੇ ਮੋਟਰਸਾਈਕਲ ਅਰਸ ਬਰਸਾਲਪੁਰਾ ਲੈ ਗਿਆ ਬਹੁਤ ਵਧੀਆ ਕੁੱਲ ਮਿਲਾ ਕੇ ਵਧੀਆ ਮੈਚ ਲੱਗਿਆ ਤੇ ਯਾਨੀ ਇਹ ਹੋਇਆ ਵੀ ਛਿੱਟੀਆਂ ਨਹੀਂ ਕਰਾਲੇ ਆਪਸ ਵਿੱਚ ਹੀ ਪੈਣਗੇ ਪਰ ਮੈਚ ਬੜੀਆ ਵਧੀਆ ਲਾਇਆ ਕਲਸੀਆਂ ਵਾਲਿਆਂ ਨੇ ਵੀ ਮੁੰਡੇ ਨੇ ਵਧੀਆ ਵਾਪਸੀ ਕੀਤੀ ਤੇ ਦੁੱਗ-ਦੁੱਗ ਨੇ ਵਧੀਆ ਵਾਪਸੀ ਕੀਤੀ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਰੱਖੇ ਬਸ ਹਨੇਰਾ ਦੂਰ ਕਰਦੀ ਆ ਆਪਾਂ ਕਬੱਡੀ ਦੇ ਵਿੱਚੋਂ ਛੱਟਾਂ ਫੇਟਾਂ ਤੋਂ ਤਾਂ ਹੀ ਬਚਿਆ ਜਾ ਸਕਦਾ ਦੂਰੋਂ ਨੇੜੋਂ ਲੋਕ ਚੱਲ ਕੇ ਆਏ ਹੁੰਦੇ ਆ ਕੋਈ ਯਾਰ ਮਤਲਬ ਚਾੜ-ਚੂਟ ਵੇਚਣ ਵਾਲਾ ਹੋਇਆ ਕੋਈ ਹੋਰ ਮੇਰੇ ਤੇਰੇ ਅਰਗੇ ਬਾਹਲੇ ਦੂਰੋਂ ਆਏ ਹੁੰਦੇ ਆ ਕਬੱਡੀ ਦੇ ਸ਼ਿਕਾਰੀ ਕਿਉਂ ਨਾ ਆਪਾਂ ਜੀ ਟਾਈਮ ਨਾਲ ਟੂਰਨਾਮੈਂਟ ਨਾਲ ਮੀਟ ਦਿਆ ਕਰੀਏ ਤੇ ਆਪਾਂ ਟਾਈਮ ਨਾਲ ਆਜਿਆ ਕਰੀਏ ਤਾਂ ਲੋਕ ਆਪਰੇ ਘਰਾਂ ਨੂੰ ਚਲੇ ਜਾਇਆ ਕਰਨਗੇ ਇੰਨਾ ਕੁਛ ਕਹਿੰਦਾ ਹੋਇਆ ਜੇ ਕਿਸੇ ਨੂੰ ਮਤਲਬ ਲੱਗੀ ਹੋਈ ਤਾਂ ਮਾਫੀ ਚਾਹੁੰਦੇ ਆ ਪਰ ਹਨੇਰਾ ਦੂਰ ਹੋਣਾ ਚਾਹੀਦਾ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਧੰਨਵਾਦ ਜੀ ਜਿਉਂਦੇ ਬਸ ਰੋ